ਖਬਰ ਸਾਬਰੋਂ ਕੋ ਪਤਾ ਲਗਾ ਕਿ ਉਹਨਾਂ ਇਹੋ ਜਿਹੀ ਇੱਕ ਜਗ੍ਹਾ ਮਾੜੀ ਮਾਲ ਕੀਤੀ ਹੈ ਅਤੇ ਮਾਲ ਕੀਤੀ ਰਕਬੇ 'ਚ ਅਗਰ ਕੋਈ ਜਾਨ ਦੇਣਾ ਤੁਸੀਂ ਆਪਣੀ ਮਰਜ਼ੀ ਹੋਣੀ ਅਗਰ ਨਾ ਜਾਨ ਦਿੱਤੇ ਉਸ ਆਪਣੀ ਜਨਾਬ ਤੁਸੀਂ ਸੱਚ ਹਕੀਕਤ ਨਾਲ ਪਤਾ ਲੱਗੀ ਗਿਆ ਸੀ ਤਾਂ ਤੁਸੀਂ ਤੱਕੀ ਸਕਣੇ ਹੋ ਕਿ ਉਹਨਾਂ ਨੇ ਜ਼ਮੀਨ ਹੈ ਪਰ ਅਮਲ ਕੀਤੀ ਰਕਬਾ ਉਸ ਤੋਂ ਨੀਚੇ ਮਾੜੀ ਜ਼ਮੀਨ ਇਛਣੀ ਹੈ ਅਤੇ ਇਹ ਸਿਆਸੀ ਬਿਨਾਹ ਪਰ ਇਹਨਾਂ ਲੋਕਾਂ ਇੰਤਜ਼ਾਰ ਫੈਲਾਇਆ ਆ ਅਸਾਂ ਦੀ ਤਰਫੋਂ ਐਸੀ ਕੋਈ ਗੱਲ ਨਹੀਂ ਹੋਈ ਅਸਾਂ ਤਾਂ ਅੱਜ ਵੀ ਆਖਣੇ ਹਾਂ ਕਿ ਠੀਕ ਹੈ ਭੈਣਾਂ ਭਰਾ ਆ ਸਾਰਾ ਕੁਝ ਹੈ ਆਪਸ ਮਿਲੀ ਜੁਲੀ ਤਾਂ ਰਹਿਣਾ ਸੀ ਨਾ ਬਹਰਹਾਲ ਇਹ ਆਖਣੇ ਕਿ ਅਸਾਂ ਬਹੁਤ ਕੁਝ ਹੁੰਦਾ ਕਰੀ ਕਿ ਨਹੀਂ ਫਿਰ ਜੋ ਕੁਝ ਹੋਣਾ ਆ ਸਲਾਮ ਅਲੈਕੁਮ ਮਾੜੀ ਪ੍ਰੋ ਤੁਹਾਡੀ ਉਮੀਦ ਕਰਾਂ 60 ਸੌ ਮੈਂ ਰਹਿੰਦੀ ਹਾਂ ਇਸ ਟਾਈਮ ਮੈਂ ਚੱਬੇ ਮੌਜੂਦ ਹਾਂ ਕਿਉਂਕਿ ਸੋ ਕੱਲ੍ਹ ਮਾੜੀ ਵੀਡੀਓ ਤੱਕ ਹੀ ਹੋਈ ਸੀ ਅਤੇ ਇੱਕ ਕਾਫੀ ਇਸ ਵੀਡੀਓ ਵਿੱਚ ਇੰਤਜ਼ਾਰ ਫੈਲੀ ਗਿਆ ਅਤੇ ਮੈਂ ਸਾਬਰ ਸਾਹਿਬ ਨੇ ਕਿ ਬੁਲਾਇਆ ਸੀ ਮੈਂ ਅੱਜ ਇੱਥੇ ਆਇਆ ਹਾਂ ਬਾਕੀ ਮੈਂ ਗੁਜ਼ਾਰਿਸ਼ ਕਰਾਂ ਸਬਸਕ੍ਰਾਈਬ ਕਮੈਂਟ ਬਾਕਸ ਦੀ ਬਾਤ ਸੋ ਮਾੜੀ ਵੀਡੀਓ ਕੀ ਲੈਣੀ ਹੈ ਲੇਕਿਨ ਮੈਂ ਅੱਜ ਆਇਆ ਇੱਥੇ ਵਿੱਚ ਸਾਬਰ ਸਾਹਿਬਾਂ ਕੋ ਪਤਾ ਲਗਾ ਕਿ ਉਹਨਾਂ ਇਹੋ ਜਿਹੀ ਇੱਕ ਜਗ੍ਹਾ ਮਾੜੀ ਮਾਲ ਕੀਤੀ ਹੈ ਅਤੇ ਮਾਲ ਕੀਤੀ ਰਕਬੇ 'ਚ ਅਗਰ ਕੋਈ ਜਾਨ ਦੇਣਾ ਤੁਸੀਂ ਆਪਣੀ ਮਰਜ਼ੀ ਹੋਣੀ ਅਗਰ ਨਾ ਜਾਨ ਦਿੱਤੇ ਉਸ ਆਪਣੀ ਮਰਜ਼ੀ ਹੈ ਬਾਕੀ ਮੈਂ ਅਗਰ ਤੁਸੀਂ ਮਾੜੀ ਗੱਲ ਬੁਰੀ ਮੈਂ ਜ਼ਰੂਰ ਮਾਫੀ ਚਾਹਤਾ ਸੋ ਪਿੰਡ ਦੱਸ ਰਿਹਾ ਕਿ ਜੋ ਸਾਬਰ ਸਾਹਿਬ ਦਾ ਘਰ ਹੈ ਜਿੱਥੇ ਚੌਧਰੀ ਅਫਤਾਬ ਸਾਹਿਬ ਰਾਹ ਜਾਣਾ ਔਰ ਨਾਲ ਇੱਕ ਹੋਰ ਘਰ ਹੈ ਇਹ ਮਤਲਬ ਹੈ ਘਰਾਂ ਵਿੱਚੋਂ ਰਾਹ ਨਿਕਲੀ ਤਾਂ ਉੱਪਰ ਚੌਧਰੀ ਅਫਤਾਬ ਸਾਹਿਬ ਨੇ ਜਿਹੜਾ ਕਬਰਸਤਾਨ ਉੱਥੇ ਜਾਣਾ ਪਿਆ ਬਾਕੀ ਭੈਣਾਂ ਭਰਾ ਕਿ ਮੈਂ ਕਿਹਾ ਦੱਸਣਾ ਕਿ ਲਾਤ ਕਿਆ ਕਹਿਣ ਅਤੇ ਅੱਗੇ ਚੌ ਸਾਬਰ ਸਾਹਿਬ ਦੀ ਗੁਫਤਗੂ ਸੁਣਾਉਣਾ ਅਤੇ ਬਾਕੀ ਦੁਬਾਰਾ ਫਿਰ ਮੈਂ ਆਉਣਾ ਅਗਰ ਤੁਸੀਂ ਮਾੜੀ ਗੱਲ ਬੁਰੀ ਲੱਗਣੀ ਮੈਂ ਜ਼ਰੂਰ ਮਾਫੀ ਚਾਹਤਾ ਬਾਕੀ ਹੈ ਕਿ ਸਾਬਰ ਸਾਹਿਬ ਨੂੰ ਪੁੱਛਿਆ ਕਿ ਇਹ ਸਿਆਸੀ ਬਿਨਾ ਪਰ ਚੱਲੀ ਰਿਹਾ ਜਾਂ ਆਮ ਹੈ ਚੌ ਸਾਬਰ ਸਾਹਿਬ ਹੈ ਕਿ ਸਾਡਾ ਆਪਣਾ ਰਾਹ ਸੀ ਸਾਡੇ ਆਪਣੀ ਜਗ੍ਹਾ ਸੀ ਤਾਂ ਅਸਾਂ ਇਸ ਕੀ ਚਾਰ ਦੁਆਰੀ ਚਾੜੀਏ ਕਿ ਅਸਾਂ ਇੱਥੇ ਬੰਦੇ ਰਾਤੀ ਵੀ ਦਿਹਾੜੀ ਇੱਥੇ ਜਾਣੇ ਸਨ ਅਤੇ ਬਾਕੀ ਮੈਂ ਜਲਦੀ ਦੇ ਤੁਸੀਂ ਮੈਂ ਆਉਣਾ ਕਿ ਅਗਰ ਰਾਹ ਦੱਸਾਂ ਕਿ ਰਾਹ ਨਾ ਜਿਹੜਾ ਚਾਰ ਦੁਆਰੀ ਹੈ ਔਰ ਸਾਬਰ ਸਾਹਿਬ ਨਾਲ ਜਿਹੜਾ ਘਰ ਹੈ ਸੋ ਕਿ ਮੈਂ ਗਿਆ ਉਹ ਦੱਸਾਂ ਜਨਾਬ ਇਸ ਟਾਈਮ ਚੌਧਰੀ ਸਾਬਰ ਸਾਹਿਬ ਸਾਹਿਬ ਨਾਲ ਤਾਂ ਮੈਂ ਜਿਹਨਾਂ ਕੋਲ ਆਇਆ ਤਾਂ ਮੈਂ ਇਹਨਾਂ ਕੋਲ ਮਸਲਾ ਪੁੱਛਣਾ ਰਾਹ ਨਾ ਕਿਆ ਮਾਮਲਾ ਚੌਧਰੀ ਸਾਬਰ ਸਾਹਿਬ ਸਲਾਮ ਅਲੈਕਮ ਵਾਲੇਕਮ ਸਲਾਮ ਜਨਾਬ ਜੀ ਮੁਲਾਕਾਤ ਕਿਆ ਹਾਲ ਹੈ ਖਰੀਏ ਜੀ ਠੀਕ ਠਾਕ ਔਰ ਸਭ ਤੋਂ ਪਹਿਲੇ ਮੁਲਾਕਾਤ ਸੋ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਜਿਹੜਾ ਸਵਾਮੀ ਕੀ ਇੱਥੇ ਬੁਲਾਇਆ ਸਭ ਤੋਂ ਪਹਿਲੇ ਮੈਂ ਸਾਬਰ ਸਾਹਿਬ ਪੁੱਛਣਾ ਚਾਹੁੰਦਾ ਕਿ ਜਿਹੜੀ ਜਗ੍ਹਾ ਇੱਥੇ ਸਰੇੜੇ ਹੋ ਇਹ ਸਾਨੂੰ ਕੋਈ ਖਾਲਸਾ ਜਾਂ ਅਮਲ ਕੀਤੀ ਹੈ ਜਨਾਬ ਇਹ ਮਲ ਕੀਤੀ ਰਕਬਾ ਆ ਸਾਡਾ ਅੱਛਾ ਸਾਨੂੰ ਮਲ ਕੀਤੀ ਰਕਬਾ ਆ ਜੀ ਜੀ ਅਤੇ ਜਿਹੜਾ ਇਹ ਚੌਧਰੀ ਅਫਤਾਬ ਉਹਨਾਂ ਰਾਹ ਜਾਣਾ ਸੀ ਜੀ ਜੀ ਇਸਦੇ ਬਾਰੇ 'ਚ ਕਿਹਾ ਕੋਈ ਮਾਮਲਾ ਇਹ ਸੀ ਬਈ ਚਲੋ ਇਖਲਾਕੀ ਤੌਰ ਪਰ ਰਸਤਾ ਦਿੱਤੇ ਆ ਸੀ ਅਤੇ ਚਲੋ ਭੈਣਾਂ ਭਰਾ ਲੇਕਿਨ ਸਾਰਾ ਕੁਝ ਲੇਕਿਨ ਇਹਨਾਂ ਨੇ ਫਿਰ ਹੋਰ ਵੀ ਆਵਾਮ ਇੱਥੋਂ ਜ਼ਿਆਦਾ ਗੁਜ਼ਰਨੀ ਹੈ ਜ਼ਾਹਰਾ ਮਾੜੀ ਫੈਮਿਲੀ ਹੈ ਮੈਂ ਇਕੱਲਾ ਬੰਦਾ ਹਾਂ ਘਰ ਅਤੇ ਜ਼ਾਹਰਾ ਫੈਮਿਲੀ ਡਿਸਟਰਬ ਹੋਣੀ ਹੈ ਮਾੜੀ ਅਤੇ ਇਸ ਵਜ੍ਹਾ 'ਤੇ ਜਿਹੜਾ ਨਾ ਮੈਂ ਰਸਤਾ ਬੰਦ ਕੀਤਾ ਤਾਂ ਇਹ ਵੀ ਮਾੜਾ ਮਾਲ ਕੀਤੀ ਰਕਬੇ 'ਚ ਹੈ ਤੇ ਚੋਈ ਅਫਤਾਬ ਸਾਹਿਬ ਨਾਲ ਜਾਈਦਾ ਬਜਾਏ ਅਸਾਂ ਨਾਲ ਗੱਲ ਕਰਨਾ ਜਾਈ ਨਾ ਥਾਣੇ ਰੁਪਏ ਦਰਖਾਸਤ ਕਰਨਾ ਕਿ ਅਫਤਾਬ ਸਾਹਿਬ ਥਾਣੇ ਦਰਖਾਸਤ ਦਿੱਤੀ ਹੈ ਆ ਜੀ ਇਹਨਾਂ ਜਾਈ ਦਰਖਾਸਤ ਦਿੱਤੀ ਹੈ ਤੇ ਉਹਨਾਂ ਬਜਾਏ ਅਸਾਂ ਨਾਲ ਰਕਵੇ ਤੇ ਗੱਲ ਕਰਨਾ ਜਿਹੜਾ ਜੇ ਥਾਣੇ ਦਰਖਾਸਤ ਦਿੱਤੀ ਹੈ ਤੇ ਉਹ ਫਿਰ ਆਣੇ ਜੀ ਅਸਾਂ ਬਦਮਾਸ਼ੀ ਨੇ ਜ਼ੋਰ ਪਰ ਜਿਹੜਾ ਨਾ ਰਸਤਾ ਚਾਹੀ ਕਿ ਇਨਸਾਨ ਦਾ ਇਸ ਤਰ੍ਹਾਂ ਤਾਂ ਨਹੀਂ ਹੋਈ ਸਕਣਾ ਮੈਂ ਸੁਣਿਆ ਹੈ ਕਿ ਇਸਨੇ ਵਿੱਚ ਸਿਆਸਤ ਕੀ ਅੰਦਾ ਜਾਣਾ ਇਹ ਗੱਲ ਠੀਕ ਹੈ ਜਾਂ ਗਲਤ ਹੈ ਜੀ ਜਨਾਬ ਅਸਾਂ ਉਹਨਾਂ ਦਾ ਮਲ ਕੀਤੀ ਰਕਬਾ ਆ ਲੇਕਿਨ ਉਹ ਸਿਆਸਤ ਵੀ ਜਾਣਨ ਲੱਗੇ ਵੇ ਕਿ ਅਜ਼ਹਰ ਸਾਹਿਬ ਕੀ ਇਸ ਮਾਮਲੇ 'ਚ ਇਨਵਾਲਵ ਕਰਨ ਲੱਗੇ ਵੇ ਕਿ ਉਹਨਾਂ ਨਾਲ ਇਸ ਚੀਜ਼ ਨਾਲ ਦੂਰ ਦੂਰ ਦੀਆਂ ਕੋਈ ਤਲਕ ਨਹੀਂ ਹੈ ਜੀ ਜੀ ਅਤੇ ਅਜ਼ਹਰ ਸਾਹਿਬ ਕੀ ਜਿਹੜਾ ਨਾ ਸਿਆਸੀ ਨਿਸ਼ਾਨਾ ਬਣਾਉਣੇ ਲੱਗੇ ਬਈ ਬਰਦਾਸ਼ਤ ਨਹੀਂ ਕਰੀ ਸਕਣੇ ਕਿ ਕਿਸੇ ਪੜ੍ਹੇ ਲਿਖੇ ਨੌਜਵਾਨ ਕੀ ਅਤੇ ਜਿਹੜੇ ਅੰਗੂਠਾ ਛਾਪ ਥੇ ਨੇ ਜਿਹੜੇ ਜਾਲੀਆਂ ਡਿਗਰੀਆਂ ਲੈ ਥੇ ਉਹ ਵੀ ਅਸਾਂ ਨੇ ਪਤੇ ਜੇ ਸਾਰਾ ਕੁਝ ਹੈ ਅਤੇ ਇਹ ਜਿਹੜੇ ਅਜ਼ਹਰ ਸਾਹਿਬ ਦੇ ਤਾਂ ਇਹ ਅਸਾਂ ਨੇ ਜਿਹੜਾ ਨਾ ਪੜ੍ਹੇ ਲਿਖੇ ਨੇ ਸਾਰਾ ਕੁਝ ਹੈ ਅਤੇ ਅਸਾਂ ਇਹਨਾਂ ਨਾਲ ਸਾਥ ਨਾ ਦੇਸਾਂ ਤਾਂ ਹੋਰ ਕੌਣ ਦੇਸੀ ਹੈ ਅੱਛਾ ਤਾਂ ਕਹਿਣਾ ਕਿ ਜਿਹੜੀ ਸੁਣ ਜਗ੍ਹਾ ਹੈ ਮਲਕੀ ਦੀ ਰਕਬੇ 'ਚ ਦੀਵਾਰ ਚਾੜੀ ਹੈ ਜੀ ਜੀ ਅਸਾਂ ਮਲਕੀ ਦੀ ਰਕਬਾ ਆ ਇੱਥੇ ਸਭ ਪੂਰੇ ਜਿਹਨਾਂ ਜਿਹੜੀ ਦਰਖਾਸਤ ਦਿੱਤੀ ਹੈ ਸਾਰਾ ਕੁਝ ਪਤੇ ਜਿਹੜਾ ਨਾ ਉਹਨਾਂ ਸਭਾਂ ਕੀ ਪਤਾ ਆ ਇਸ ਚੀਜ਼ ਨਾਲ ਕਿ ਇਹਨਾਂ ਨਾਲ ਮਲਕੀ ਦੀ ਰਕਬਾ ਆ ਅਤੇ ਉਸਨੇ ਬਜਾਏ ਜਿਹੜਾ ਨਾ ਉਸਨੇ ਬਾਵਜੂਦ ਇਹਨਾਂ ਜਿਹੜੇ ਇੰਤਸ਼ਾਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ
ਤੇ ਜ਼ਹਿਰ ਮਾੜੀ ਫੈਮਿਲੀ ਹੈ ਇੱਥੇ, ਮੈਂ ਇਕੱਲਾ ਬੰਦਾ ਘੜੀ ਕੁਦਰੇ ਹੋਣਾ। ਅੱਛਾ ਸਾਬਰ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਅਵਤਾਰ ਸਾਹਿਬ ਰਾਹ ਕਬਰਸਤਾਨ ਤੋਂ ਜਾਣਾ ਸੀ, ਇਹ ਰਾਤੀ ਵੀ ਬੰਦੇ ਇਸਤੇਮਾਲ ਕਰ ਰਹੇ ਸਨ ਜਾਂ ਦਿਹਾੜੀ ਵੀ ਕਰ ਰਹੇ? ਜੀ ਸਰ, ਵਿਹਲਾ ਕਵੇਲਾ ਟਾਈਮ ਅਸੀਂ ਰਾਤੀ ਵੀ ਇਸਤੇਮਾਲ ਕਰਨੇ ਸਨ, ਦਿਹਾੜੀ ਵੀ ਇਸਤੇਮਾਲ ਕਰਨੇ ਰਹਿਣੇ ਸਨ, ਤੇ ਅਸਾਂ ਜ਼ਹਿਰ ਫੈਮਿਲੀ ਹੈ, ਮੈਂ ਇਕੱਲਾ ਬੰਦਾ ਡਿਸਟਰਬ ਹੋਣਾ ਸੀ। ਅੱਛਾ, ਕਹਿੰਦਾ ਰਾਤੀ ਵੀ ਇਸਤੇਮਾਲ ਕਰੇ ਸਨ, ਦਿਹਾੜੀ ਵੀ ਇਸਤੇਮਾਲ, ਕਹਿੰਦੇ ਕਿ ਅਫਤਾਬ ਸਾਹਿਬ ਆਪੋ ਇਸ਼ਨਾ ਸੀ ਜਾਂ ਬਾਹਰੋਂ ਬੰਦੇ ਵੀ ਇਸ਼ਨਾ ਸੀ ਕੋਈ? ਬਾਹਰੋਂ ਹੀ ਇਸ਼ਨਾ, ਹਰ ਬੰਦਾ ਇੱਥੋਂ ਨਿਕਲਣਾ ਰਹਿਣਾ ਸੀ, ਤੇ ਇਸੇ ਵਜ੍ਹਾ ਸੀ ਜਿਹੜਾ ਨਾ ਡਿਸਟਰਬ ਹੋਣੇ ਆ ਲੱਗੇ ਤੇ ਬੰਦ ਕੀਤੇ ਆ। ਅੱਛਾ, ਤੇ ਕਹਿਣਾ ਕਿ ਇਸ ਪ੍ਰਭੂ ਦੱਸਿਆ ਕਿ ਜਿਹੜਾ ਇਹ ਸਾਬਰ ਦਾ ਮਕਾਨ ਇਸ ਲੱਗੇ ਸੀ ਬਣਾਉਂਦਾ ਨਾ, ਇਹ ਵੀ ਨਾਲ ਗਵਾਂਢੀਆਂ ਦਾ ਮਕਾਨ ਜ਼ਿਆਦਾ, ਇੱਥੋਂ ਉੱਪਰ ਸੀ ਬਾੜੀ ਤੱਕ ਸੁਣਿਆ ਸੁਣਾ ਰਾਹ, ਇੱਥੋਂ ਉੱਪਰ ਸੀ ਜਿਹੜਾ ਸਾਬਰ ਬੰਦ ਕੀਤਾ। ਤੇ ਬਾਕੀ ਸਾਬਰ ਸਾਹਿਬ ਤੁਹਾਨੂੰ ਵੀਡੀਓ ਤੱਕ ਹੀ ਉਸੀ ਚੌਧਰੀ ਅਫਤਾਬ ਸਾਹਿਬ ਨੇ ਗੁਫਤਗੂ ਸੁਣਦੀ ਸੀ ਬਾਰੇ ਕਹਿਣਾ ਚਾਹੁੰਦੇ ਹੋ? ਉਹਨਾਂ ਨੇ ਬਾਰੇ ਹੀ ਆਖਣਾ ਚਾਹੁੰਦੇ ਜੀ, ਉਹ ਸਿਆਸੀ ਬਣਾ ਪਰ ਸਾਰਾ ਕੁਝ ਅੱਛੀ ਤੱਕ ਕਰਨੇ ਲੱਗੇ ਵੇ, ਤੇ ਉਹ ਸਮਝਣੇ ਕਿ ਇੱਥੇ ਜੋ ਕੁਝ ਥੇ ਆ ਅਸਾਂ ਹੀ ਹਾਂ, ਤੇ ਇਹ ਅਜੇ ਲੰਜੂ ਪੰਜੂ ਅਸਾਂ ਬੜੇ ਤੱਕੇ ਨੇ, ਸਾਰਾ ਕੁਝ ਜਾਣਦੇ ਹਾਂ, ਤੇ ਜਿਹਨਾਂ ਸਿਆਸੀ ਜਮਾਤਾਂ ਨਾਲ ਉਹ ਟੁਰੀ ਰਹੇ ਨੇ ਜਾਂ ਕੁਝ ਕਰੀ ਰਹੇ ਨੇ, ਐਕਟੀਵਿਟੀ ਹੋਈ ਰਹੀ ਹੈ, ਤੇ ਉਹ ਅਸਾਂ ਕੀ ਬਿਹਤਰ ਜਾਣਦੇ ਨੇ ਉਹ ਜਮਾਤਾਂ ਨੇ ਜਿਹੜੇ ਇਹਨਾਂ ਨੇ ਘਾਇ ਦੇਣ ਥੇ ਨੇ ਸਾਰਾ ਕੁਝ, ਤੇ ਇੱਥੇ ਪੜ੍ਹੇ ਲਿਖੇ ਜਾਏ ਲੋਕ ਵੀ ਥੇ ਨੇ ਜਿਹੜੇ ਅੰਗੂਠਾ ਛਾਪਦਾ ਜਾ ਜਾਲੀ ਡਿਗਰੀਆਂ ਲਈ ਬੰਦੀਆਂ ਕਿ ਜਿਹੜਾ ਨਾ ਸਪੋਰਟ ਕਰਨ ਲੱਗੇ, ਸਾਰਾ ਕੁਝ ਹੋਣਾ ਲੱਗੇ ਆ, ਤੇ ਉਹ ਅਸਾਂ ਤੋਂ ਬਿਹਤਰ ਵਾਕਫ ਹੈ ਕਿ ਅਸਾਂ ਕਿਸ ਤਰੀਕੇ ਨਾਲ ਨਿਬੜੀ ਸਕਦੇ ਹਾਂ, ਅਤੇ ਜੇ ਅਗਰ ਹੱਕ ਸੱਚ ਨਹੀਂ ਗੱਲ ਨਾ ਹੋਇਆ ਤਾਂ ਉਹ ਇਸਲੇ ਤੱਕ ਰਸਤਾ ਚਾਹੀ ਗਈ ਨਾ, ਅਤੇ ਇਹ ਤਾਂ ਮਲਕੀ ਤੀ ਰਕਬਾ ਆ, ਤਾਂ ਅਗਰ ਮੈਂ ਨਾ ਇਜਾਜ਼ਤ ਦੇਸਾਂ ਤਾਂ ਇੱਥੋਂ ਕੋਈ ਨਿਕਲ ਨਹੀਂ ਸਕਣਾ। ਬਿਲਕੁਲ ਮਾਲਕੀ ਤੀ ਰਕਬੇ ਜੋ ਅਗਰ ਸਾਰੇ ਅਖਲਾਕ ਪਿਆਰ ਨਾਲ ਬੰਦ ਦੇ ਸਕਣਾ, ਬਦਮਾਸ਼ੀਆਂ ਦੱਸਣੇ ਜੀ, ਤੇ ਬਿਆਨ ਦਲਾਣੇ ਲੱਗੇ ਅਸਾਂ ਫਲਾਣ ਕਰੀ ਉੜਸਾਂ, ਢਮਕਾਣ ਕਰੀ ਉੜਸਾਂ, ਸਿਆਸਤ ਕੀ ਤਾਂ ਉਹ ਇਨਵਾਲ ਕਰਨੇ ਲੱਗੇ। ਅਜ਼ਹਰ ਸਾਹਿਬ ਦਾ ਉਹਨਾਂ ਕੀ ਵੀ ਇਸ ਚੀਜ਼ ਨਾਲ ਆਇਆ ਹੈ ਕਿ ਅੱਛੋ ਦੋਏ ਅਸਾਂ ਮੈਂ ਤੁਸੀਂ ਦੋ ਪਾਰਟੀਆਂ ਕੀ ਬਾਲਾਂ ਬੇਈ ਤੇ ਜਿਹੜਾ ਨਾ ਆਰਾਮ ਸਕੂਨ ਨਾਲ ਗੱਲ ਕਰੀ ਕਿੰਨੇ ਆ ਭੈਣਾਂ ਭਰਾਵਾਂ ਨੇ ਗੱਲ ਹੈ, ਲੇਕਿਨ ਉਹ ਜਿਹੜਾ ਨਾ ਜਾਣੀ ਬੁੱਝੀ ਤਾਂ ਇਸ ਤਰੀਕੇ ਨਾਲ ਕਰਨੇ ਲੱਗੇ ਵੇ, ਤੇ ਉਹ ਫਿਰ ਅਸਾਂ ਦਾ ਨਾ ਇੱਥੋਂ ਇਸ ਤਰੀਕੇ ਨਾਲ ਰਸਤਾ ਦੇ ਸਕਣੇ, ਇੱਥੋਂ ਮਲਕੀ ਤੀ ਰਕਬੇ ਵਿੱਚੋਂ ਦੇਈ ਹੋਣਾ। ਹੁਣ ਕੱਲ੍ਹ ਵਾਸਤੇ ਮੈਂ ਕੋਈ ਇੱਥੇ ਮਕਾਨ ਬਣਾ ਜਾਂ ਕੁਝ ਕਰਾਂ ਤਾਂ ਫਿਰ ਤਾਂ ਵੈਸੇ ਵੀ ਤਾਂ ਇਹਨਾਂ ਨਾਲ ਰਾਹ ਬੰਦ ਹੀ ਹੋ ਸੀ, ਤੇ ਫਿਰ ਇੰਨਾ ਕੀ ਚਾਹੀਦਾ ਆ ਕਿ ਇਸ ਤਰ੍ਹਾਂ ਮੁਤਬਾਦਲ ਜਿਹੜਾ ਨਾ ਰਸਤਾ ਉਹ ਲੋੜਨ ਗੁਜ਼ਰਿਆ। ਸੋ ਬੜਾ ਬੜਾ ਦੱਸਿਆ ਕਿ ਇਹ ਰੋਡ ਹੈ ਔਰ ਉੱਪਰ ਇਹ ਸਾਬਰ ਦਾ ਘਰ ਹੈ, ਨਾਲ ਨਾਲ ਉੱਪਰ ਜਿੰਨੇ ਦੱਸਿਆ ਸੋ ਮੈਂ ਉਹ ਕਿ ਜਿਹੜੀ ਜਗ੍ਹਾ ਪਰ ਰੋਲਾ ਆ ਚੌਧਰੀ ਅਫਤਾਬ ਸਾਹਿਬ ਔਰ ਉਹਨਾਂ ਸਾਬਰ ਨਾ, ਤੁਸੀਂ ਦੱਸਿਆ ਕਿ ਉਹ ਜਗ੍ਹਾ ਇਹਦਾ ਨਾ ਇੱਥੇ ਦੀਵਾਰ ਚਾੜੀ, ਇਹ ਸਾਬਰ ਦਾ ਮਕਾਨ ਹੈ ਬਿਲਕੁਲ, ਇਹ ਪਰ ਹੋਰ ਇੱਕ ਬੰਦੇ ਦਾ ਮਕਾਨ ਹੈ ਔਰ ਇਹ ਸਾਬਰ ਦਾ ਮਕਾਨ ਜਿਹੜੀ ਡੇਢੀ ਹੈ ਇਹ ਸਾਬਰ ਰੋਣੀ, ਇਹ ਸਾਬਰ ਦਾ ਮਕਾਨ ਹੈ। ਤਾਂ ਮਜ਼ੀਦ ਅੱਗੇ ਸਾਬਰ ਕੋਲ ਜਿਸਾਂ ਤਫਸੀਲ ਪੁੱਛਣੀ ਸੋ ਆਪਣੇ ਦੱਸਣਾ ਕਿ ਜਿਹੜੀ ਡੇਢੀ ਹੈ ਸਾਬਰ ਨੇ ਜਗ੍ਹਾ ਜਿਹੜੀ ਮਾਲਕੀ ਤੀ ਹੈ ਜਾਂ ਹਾਲਸਾ ਆ, ਇਹ ਸਾਬਰ ਦਾ ਮਕਾਨ ਹੈ ਹੁਣ ਅੱਗੇ ਸਾਬਰ ਕੋਲ ਜੁਲਤਾ ਦੱਸਣੀ ਆ। ਔਰ ਇਹ ਪਿੱਛੇ ਕਬਰਸਤਾਨ ਹੈ ਇੱਧਰ ਅਫਤਾਬ ਰੋਣਾ, ਇਹ ਬਾੜੀ ਪਤਾ ਨਹੀਂ ਅਫਤਾਬ ਰੋਣੀ ਹੈ ਜਾਂ ਕੋਨਾ ਨੇ ਦੱਤ ਪੋਤਰਿਆ ਨਹੀਂ ਕਿਸੇ ਨੇ ਬਾੜੀ ਹੈ ਪਿੱਛੇ। ਸੋ ਆਪਣੇ ਆਪਣੇ ਦੱਸਣਾ ਕਿ ਇਹ ਤਾਂ ਕਿਸੇ ਨੂੰ ਇੱਕ ਮੋਟਰਸਾਈਕਲ, ਇਹ ਮੇਨ ਰੋਡ ਹੈ ਔਰ ਭਰੇ ਰਾਹ ਅਛਨਾ, ਇਹ ਭਰੇ ਘਰ ਜਾਣਾ ਔਰ ਜਿਹੜਾ ਇੱਥੋਂ ਸੀ ਕਬਰਸਤਾਨ ਰਾਹ ਇੱਥੋਂ ਜਾਣਾ ਸੀ ਔਰ ਬਿਲਕੁਲ ਚੋਏ ਸਾਬਰ ਸਾਹਿਬ ਦਾ ਮਕਾਨ ਤਾਂ ਕਿਸੇ ਬਿਲਕੁਲ ਨਜ਼ਦੀਕ ਇਹ ਜਿਸ ਜਗ੍ਹਾ ਮੈਂ ਖਲਤੇ ਹਾਂ, ਅਤੇ ਚੋਏ ਸਾਬਰ ਸਾਹਿਬ ਨਾਲ ਆਉਣਾ ਕਿ ਮਾਲਕੀ ਤੀ ਰਕਬਾ ਆ, ਬਾਕੀ ਸੋ ਤਾਂ ਕਿਸੇ ਨੂੰ ਇਹ ਮਕਾਨ ਵੀ ਔਰ ਘਰ ਨਾਲ, ਬਾਕੀ ਸੋ ਚੋਏ ਸਾਬਰ ਸਾਹਿਬ ਮਕਾਨ ਦੱਸਣਾ ਕਿ ਇਹ ਤਾਂ ਕਿਸੇ ਕੋਲ ਕਿ ਇਹਨਾਂ ਦਾ ਮਕਾਨ ਹੈ ਔਰ ਮਕਾਨਾਂ ਦਾ ਸਹਿਨ ਕਹਿਣਾ ਸਾਬਰ ਸਾਹਿਬ ਹੀ ਆ ਸਾਰਾ ਇਹ ਸਹਿਨ ਵੀ ਜਿਸ਼ਨਾ ਅਸਾਂ ਇਹ ਬੱਕਰੀਆਂ ਸਾ ਲੱਕੜੀਆਂ ਹਿਕੜੀਆਂ ਸਾ ਜਗ੍ਹਾ ਸਾ ਜਰਾਨਾ ਰੱਖੀ ਸੀ। ਅੱਛਾ ਬਿਲਕੁਲ, ਇਹ ਤਾਂ ਕਿਸੇ ਦਰਵਾਜ਼ਾ ਮੇਨ ਰੋਡ ਨਾਲ ਇਸ ਤੱਕ ਹੀ ਸਕਦੇ ਹੋ ਔਰ ਦਰਵਾਜ਼ਾ ਗੇਟ ਵੀ ਲੱਗਿਆ ਸੋ ਤੱਕ ਚਾਰ ਦਰਵਾਜ਼ੇ ਤੱਕ ਹੀ ਸਕਦੇ ਹੋ, ਅਤੇ ਬਾਕੀ ਹੈ ਕਿ ਅਫਤਾਬ ਸਾਹਿਬ ਕਬਰਸਤਾਨ ਕਿਹੜੇ ਪਿੱਛੇ ਆਈ ਹੈ ਉਹਨਾਂ ਨਾਲ, ਬਾਕੀ ਇਹ ਪਿੱਛੇ ਉਹਨਾਂ ਨੂੰ ਕਬਰਸਤਾਨ ਦੂਰ ਹੈ ਕਾਫੀ ਦੂਰ ਹੈ ਇਸ ਜਗ੍ਹਾ 'ਚੋਂ, ਸੋ ਤੱਕ ਹੀ ਸਕਦੇ ਹੋ ਔਰ ਇਹ ਬਾੜੀ ਜਿਹੜੀ ਨੇ ਉੱਪਰ ਕੋਈ ਆਪਣੀ ਫੈਮਿਲੀ ਨੇ ਉਹਨਾਂ ਨਹੀਂ ਹਨ, ਬਾਕੀ ਹੈ ਕਿ ਇਸ ਜਗ੍ਹਾ ਦਾ ਰੌਲਾ ਸੀ ਜਿਹੜਾ, ਤਾਂ ਮੈਂ ਚਲੋ ਸੋ ਭੈਣਾਂ ਭਰਾ ਦੱਸਣੇ ਹਾਂ
ਕਿ ਇੱਥੇ ਕਿਆ ਹਾਲਾਤ ਵੀ ਕਿਆ ਹਨ, ਲੇਕਿਨ ਇਹ ਆ ਕਿ ਇਸਦੇ ਵਿੱਚ ਤੋਂ ਤੱਕ ਹੀ ਸਕਦੇ ਭੈਣਾਂ ਭਰਾ ਵੀ ਕਿ ਮਕਾਨ ਬਿਲਕੁਲ ਇਸ ਬੰਦੇ ਨਾਲ ਕੋਲ ਹੈ। ਬਾਕੀ ਉਸ ਤੱਕ ਹੀ ਉਸ ਵੀਡੀਓ ਜਿਹੜੀ ਹੈ ਇਸ ਜਗ੍ਹਾ ਤੋਂ ਬਣਤੀ ਵੀ ਹੈ ਜਿਹੜੀ ਮੈਂ ਲਾਈ ਹੈ, ਕਿਉਂਕਿ ਮਾਰਦਰ ਬੰਦੇ ਭੇਜੀ ਸੀ ਇੱਥੋਂ ਤਾਂ ਮੈਂ ਵੀਡੀਓ 'ਤੇ ਲਾਈ ਸੀ। ਇੱਕ ਪ੍ਰਸਤਾਵ ਉਹਨਾਂ ਦੇ ਗੇਟ 'ਚੋਂ ਤੱਕ ਕਿਸੇ ਨੂੰ ਨਾਲੇ ਵੀ ਦੱਸਿਆ ਗਿਆ ਸੀ, ਔਰ ਇਸ ਤੋਂ ਬਾਅਦ ਇਹ ਡੇਅਰੀ ਜਿਹੜੀ ਸੀ ਜੋ ਸਾਬਰ ਸਾਹਿਬ ਨਾਲ ਕਾਰ ਹੈ ਨਾ ਚਾੜੀ ਵੀ ਇੱਥੋਂ ਸੋ ਤੱਕ ਹੀ ਸਕਦੇ ਹੋਏ, ਲੇਕਿਨ ਹੈ ਕਿ ਇਹ ਇਸ ਤਰ੍ਹਾਂ ਉਹ ਰਾਹ ਤੱਕ ਹੀ ਸਕਦੇ ਹੋ, ਇਹਨਾਂ ਨੇ ਘਰ ਜਾਣਾ ਔਰ ਇਹਦੇ ਪਿੱਛੇ ਮਕਾਨ ਉੱਧਰ ਜਾਣਾ, ਲੇਕਿਨ ਉਹ ਵੀਡੀਓ ਸੋ ਮੈਂ ਜਿਹੜੀ ਲਾਈ ਸੀ ਉਹ ਇੱਥੋਂ ਮੈਂ ਆਰਡਰ ਕੁਛ ਭੇਜੀ ਸੀ ਅਤੇ ਮੈਂ ਤਾਂ ਵੀਡੀਓ ਅਪਲੋਡ ਕੀਤੀ ਸੀ। ਬਾਕੀ ਸੋ ਪੇਪਰ ਦੱਸ ਰਿਹਾ ਕਿ ਸਾਬਰ ਸਾਹਿਬ ਦੀ ਜ਼ਬਾਨ ਤੋਂ ਸੁਣੀ ਦੇ ਸੱਚ ਕਿਆ ਔਰ ਝੂਠ ਕਿਆ, ਲੇਕਿਨ ਇਹ ਕਿ ਸਾਬਰ ਸਾਹਿਬ ਮਾਂ ਨਾਲ ਮੌਜੂਦ ਹਨ, ਇਹਨਾਂ ਆਇਆ ਜੀ ਕਿ ਸਾਡਾ ਇਹ ਮਾਲਕੀ ਦੀ ਰਕਬਾ ਆ, ਲੇਕਿਨ ਇਹ ਕਿ ਬਿਲਕੁਲ ਇਹਨਾਂ ਦਾ ਮਾਲਕੀ ਦੀ ਰਕਬਾ ਔਰ ਮਕਾਨ ਸੋ ਤਾਂ ਕਿਸੇ ਨੂੰ ਨਾਲ ਲਾਉਣਾ, ਪਿੱਛੇ ਜਿਹੜੀ ਜਗ੍ਹਾ ਚੌਧਰੀ ਉਸਤਾਬ ਸਾਹਿਬ ਉਹਨਾਂ ਨੇ ਕੋਈ ਕਜ਼ਨ ਉਹਨਾਂ ਨਹੀਂ ਜਾਂ ਤਾਏ ਨਹੀਂ ਇਸ ਤਰ੍ਹਾਂ ਕੋਈ ਜਗ੍ਹਾ ਉਹਨਾਂ ਨਹੀਂ ਹੈ, ਅਤੇ ਬਾਕੀ ਹੈ ਕਿ ਸੱਚ ਕਿਆ ਔਰ ਝੂਠ ਕਿਆ ਉਹਨਾਂ